ਕਹਾਣੀ ਐਸੀ ਹੈ ਵੀ ਹਰ ਐਪੀਸੋਡ ਦੇ ਵਿੱਚ ਤੁਹਾਨੂੰ ਪਿਛਲਾ ਤੁਸੀਂ ਮੈਨੂੰ ਲੱਗਦਾ ਵੀ ਭੁੱਲ ਜਾ ਕਰੋਗੇ, ਤੁਸੀਂ ਸੈਕਿੰਡ ਐਪੀਸੋਡ ਦੇਖੋਗੇ ਤਾਂ ਤੁਹਾਨੂੰ ਹੋਰ ਘੈਂਟ ਲੱਗੂਗਾ। ਪੇਤੀ ਪੈ ਗਈ ਸੀਗੀ ਵੀ ਜੇ ਕਿਸੇ ਨੇ ਕਰਨਾ ਵੀ ਕਮੇਡੀ ਜਾਂ ਉਹ, ਮਨ ਨਹੀਂ ਕਰਦਾ ਹੁੰਦਾ ਸੀ ਅੰਦਰੋਂ ਕਰਨ ਨੂੰ, ਕਿਉਂਕਿ ਐਂ ਹੁੰਦਾ ਮੈਂ ਤਾਂ ਦੱਸਦਾ ਵੀ ਨਹੀਂ ਹੁੰਦਾ ਸੀ ਕਿਸੇ, ਵੀ ਦੱਸਣੋਂ ਹੀ ਹਟ ਗਿਆ ਸੀ ਵੀ ਮੈਂ ਥੀਏਟਰ ਕਰਦਾ ਰਿਹਾ। ਜੱਟ ਬੋਇਜ਼ ਦੇ ਵਿੱਚ ਮੈਂ ਆਇਆ ਸੀਗਾ, ਮੈਂ ਉਹ ਲਿਖੀ ਵੀ ਸੀਗੀ, ਜੌਲੀ ਦਾ ਕਰੈਕਟਰ ਸੀਗਾ ਉਹਦੇ 'ਚ, ਮਜ਼ਾ ਲਿਆ ਸੀ ਮੈਂ, ਪਰ ਵੀ ਇਸ ਕਿਸਮ ਦਾ ਉਹ ਨਹੀਂ ਸੀ, ਨਾ ਜਾਤ ਨਾ ਪਾਤ ਨਾ ਧਰਮ ਨਾ ਕਾਤ, ਬਰੂਦ ਦੀ ਇੱਕੋ ਕੰਮ ਹੈ ਬੰਦੇ ਮਾਰਨਾ, ਉਹੀ ਕੰਮ ਹੈ ਸ਼ਿੰਦੇ ਦਾ। ਉਹ 'ਚ ਤੁਸੀਂ ਧਿਆਨ ਨਾਲ ਦੇਖੋ ਮੇਰੇ ਦੋ ਕੰਨ 'ਤੇ ਜਿਹੜੇ ਲੱਫੜ ਪਏ ਆ, ਪਾਥੀ ਅਰਗਾ ਹੱਥ ਉਹਨਾਂ ਦਾ, ਉਹ ਮਾਰਾ ਮੇਰੇ ਮੈਨੂੰ ਕਿੰਨਾ, ਮੈਂ ਹਿਸਾਬ 'ਚ ਨਹੀਂ ਆਇਆ। ਫਿਰ ਉਹ ਜਿਹੜਾ ਡਿੱਗਿਆ ਮੈਂ ਉੱਥੋਂ ਫੜ ਕੇ ਘੁਮਾਇਆ, ਉਹ ਤਿਲਕਿਆ, ਉਹ ਡਿੱਗਿਆ, ਅੱਛਾ ਡਿੱਗ ਤਾਂ ਪਿਆ, ਤਾੜੀਆਂ ਵੱਜੀਆਂ, ਵੈਰੀ ਗੁੱਡ, ਬਹੁਤ ਵਧੀਆ। ਉਹ ਦੁਬਾਰਾ ਤਿੰਨ ਵਾਰੀ ਫਿਰ ਡਿੱਗੋ ਜੀ, ਬਾਗੀ ਬੰਦੂਕ ਗੁਲਾਮ ਹੱਥ, ਸਮਾਂ ਤਾਂ ਲੱਗੂਗਾ ਦੋਸਤੀ ਹੋਣ ਵਿੱਚ। ਸਤਿ ਸ਼੍ਰੀ ਅਕਾਲ ਜੀ, ਦੇਸੀ ਜਨ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ, ਅਤੇ ਵਾਰਨਿੰਗ ਵੈਬ ਸੀਰੀਜ਼ ਦੇਖਣ ਤੋਂ ਬਾਅਦ ਸਾਰਿਆਂ ਦਾ ਇੱਕ ਸਵਾਲ ਹੈ ਕਿ ਪੰਮੇ ਨੂੰ ਕਿਉਂ ਮਾਰਤਾ, ਅਤੇ ਪੰਮਾ ਹਜੇ ਮਰੂਗਾ ਨਹੀਂ, ਔਰ ਪੰਮਾ ਹਜੇ ਤੱਕ ਠੀਕ ਰਹੂਗਾ, ਅਤੇ ਠੀਕ ਹੈਗਾ। ਪ੍ਰਿੰਸ ਜੀ ਹੈਗੇ ਸਾਡੇ ਨਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਾਰਿਆਂ ਦਾ ਇਹ ਕਹਿਣਾ ਕਿ ਪੰਮਾ ਕਿਉਂ ਮਾਰਤਾ। ਅਸਲ 'ਚ ਉਹ ਬਾਈ ਜੀ ਨੇ ਕਰੈਕਟਰ ਹੀ ਐਸਾ ਕੀਤਾ, ਅਮਰ ਨੇ ਕਰਵਾਇਆ ਹੀ ਇੱਦਾਂ ਵੀ ਉਹ ਜੁੜ ਗਏ ਲੋਕ, ਅਤੇ ਮੈਨੂੰ ਵੀ ਐਂ ਸੀਗਾ ਪਹਿਲਾਂ ਵੀ ਠੀਕ ਆ ਚਲੋ ਵੀ ਆਹ ਕਰ ਲਿਆ, ਵੀ ਮਜ਼ਾ ਇੰਨੇ 'ਚ ਸਾਰੀ ਸ਼ਾਬਾਸ਼ ਮਿਲ ਗਈ ਵੀ ਠੀਕ ਹੈ ਟ੍ਰੇਲਰ 'ਤੇ। ਹੁਣ ਮੈਨੂੰ ਵੀ ਲੱਗਣ ਲੱਗ ਗਿਆ ਵੀ ਯਾਰ ਪੰਮਾ ਤਾਂ ਫਿਰ ਜਿਉਂਦਾ ਹੋਣਾ ਚਾਹੀਦਾ। ਹੋ ਰਿਹਾ ਫਿਰ ਸੈਕਿੰਡ ਐਪੀਸੋਡ 'ਚ ਪੰਮਾ? ਨਹੀਂ, ਮੈਨੂੰ ਇਹ ਵੀ ਹੈ ਨਾਲ ਵੀ ਜੇ ਤੁਸੀਂ ਸੈਕਿੰਡ ਐਪੀਸੋਡ ਦੇਖੋਗੇ ਤਾਂ ਤੁਹਾਨੂੰ ਹੋਰ ਘੈਂਟ ਲੱਗੂਗਾ, ਛਿੰਦਾ ਆ ਰਿਹਾ ਉਹਦੇ 'ਚ। ਛਿੰਦਾ ਕਿਰਦਾਰ ਕੌਣ ਕਰ? ਧੀਰਜ, ਧੀਰਜ ਆ ਰਿਹਾ, ਬਹੁਤ ਕਮਾਲ ਕੀਤਾ ਉਹਨੇ, ਵੀ ਇਹਦੇ ਤੋਂ 50 ਗੁਣਾ ਵੱਡਾ ਉਹ ਐਪੀਸੋਡ, ਬਹੁਤ ਜੀ। ਜਿੱਥੇ ਐਂਡ ਹੋਇਆ ਤੁਹਾਡੇ ਗਲੇ 'ਚ ਨਾ ਉਹਨੇ ਚਮਚ ਮਾਰ ਕੇ, ਅਤੇ ਉਸ 'ਤੇ ਕਲਾਈਮੈਕਸ ਖਤਮ ਕਰਤਾ, ਕਲਾਈਮੈਕਸ ਪਾਤਾ, ਸਸਪੈਂਸ ਪਾਤਾ, ਪਰ ਉੱਤੋਂ ਉਮੀਦ ਲੱਗਦੀ ਹੈ ਕਿ ਹਾਂ ਯਾਰ ਮੇਰਾ ਸੁਪਨਾ ਹੋ ਸਕਦਾ, ਲੇਕਿਨ ਅੰਮਾ ਜੀ ਕਹਿੰਦੇ ਸੁਪਨਾ ਤਾਂ ਹੈਗਾ ਨਹੀਂ, ਪਰ ਇਹ ਲੱਗਦਾ ਕਿ ਹਾਂ ਕਿਤੇ ਹੋਸਪਿਟਲ ਲੈ ਕੇ ਜਾਓ ਅਤੇ ਕੋਈ ਉਮੀਦਾਂ ਹੋਣ ਪੰਮਾ ਬਚ ਜਾਵੇ, ਹੈ ਨਾ। ਹੁਣ ਜਿਹੜੇ ਹਿਸਾਬ ਨਾਲ ਹੁਣ ਚੱਲਿਆ ਵਾ ਜਿਹੜਾ ਸੋਸ਼ਲ ਮੀਡੀਆ 'ਤੇ, ਮੈਨੂੰ ਕੱਲ੍ਹ ਆਉਣੀਆਂ ਸ਼ੁਰੂ ਹੋਈਆਂ ਫੋਟੋਜ਼ ਵਗੈਰਾ, ਉਹ ਵੀ ਮੇਰੇ ਕਿਸੇ ਉਹ ਸਕਰੀਨਸ਼ੋਟ ਮਾਰੇ ਹੋਏ ਆ, ਅਤੇ ਉਹਨਾਂ ਦੇ ਉੱਪਰ ਲਿਖਿਆ ਵੀ ਪੰਮਾ ਜਿਉਂਦਾ ਕਰੋ, ਅਤੇ ਉਹਦੇ ਤੋਂ ਮੈਨੂੰ ਐਂ ਲੱਗਦਾ ਵੀ ਉਹ ਕੁਛ ਨਾ ਕੁਛ ਤਾਂ ਬਾਈ ਜੀ ਕਰਨਗੇ, ਵੀ ਕੁਛ ਨਾ ਕੁਛ ਸੈੱਟ ਹੈ ਵੀ ਇਹਨੂੰ ਐਂ ਕਰੀਏ ਐਂ ਕਰੀਏ, ਵੀ ਉਹ ਕਰੈਕਟਰ ਨਾਲ ਜਿਵੇਂ ਲੋਕਾਂ ਨੇ ਸਾਰੇ ਜਨਤਾ ਨੇ ਪਿਆਰ ਕਰਨਾ ਸ਼ੁਰੂ ਕਰਤਾ, ਅਤੇ ਮੰਗੀ ਮੰਨੀ ਜਾਊਗੀ ਭਾਈ ਤੁਹਾਡੀ ਮੰਗ। ਲੋਕਾਂ ਲਈ ਤਾਂ ਵੈਬ ਸੀਰੀਜ਼ ਆਈ ਹੈ ਨਾ, ਵਾਰਨਿੰਗ ਆਈ ਹੈ, ਅਤੇ ਲੋਕਾਂ ਦੀ ਡਿਮਾਂਡਾਂ ਤਾਂ ਪੂਰੀਆਂ ਕਰਨਗੀਆਂ, ਮਤਲਬ ਤੁਹਾਨੂੰ ਸੈਕਿੰਡ ਐਪੀਸੋਡ 'ਚ ਪੰਮਾ ਨਜ਼ਰ ਆ ਰਿਹਾ? ਨਹੀਂ, ਸੈਕਿੰਡ ਐਪੀਸੋਡ 'ਚ ਜਾਂ ਕਰਕੇ ਹਜੇ ਕੋਈ ਉਹ ਨਹੀਂ ਗਾ, ਕਿਉਂਕਿ ਕਹਾਣੀ ਐਸੀ ਹੈ ਵੀ ਹਰ ਐਪੀਸੋਡ ਦੇ ਵਿੱਚ ਤੁਹਾਨੂੰ ਪਿਛਲਾ ਤੁਸੀਂ ਮੈਨੂੰ ਲੱਗਦਾ ਵੀ ਭੁੱਲ ਜਾ ਕਰੋਗੇ, ਵੀ ਹੁਣ ਸਾਰੇ ਜਦੋਂ ਤੁਸੀਂ ਅਗਲਾ ਐਪੀਸੋਡ ਦੇਖੋਗੇ ਤਾਂ ਮੈਨੂੰ ਲੱਗਦਾ ਵੀ ਤੁਸੀਂ ਪੰਮੇ ਨੂੰ ਭੁੱਲ ਜਾਓਗੇ। ਤੁਸੀਂ ਛਾਪ ਛੱਡੀ, ਮੈਨੂੰ ਲੱਗਦਾ ਨਹੀਂ ਕਿ ਕੋਈ ਕਦੀ ਪੰਮੇ ਨੂੰ ਭੁੱਲ ਸਕਦਾ ਜਦ ਵਾਰਨਿੰਗ ਦਾ ਜ਼ਿਕਰ ਆਊਗਾ। ਪ੍ਰਿੰਸ ਜੀ, ਜਦੋਂ ਵੀ ਤੁਹਾਡਾ ਨਾਮ ਆਉਂਦਾ ਸੀ ਨਾ, ਯਾਦ ਆਉਂਦਾ ਸੀ ਕਿ ਕਾਮੇਡੀ ਕਿਰਦਾਰ ਹੋਏਗਾ, ਅਮਲੀ ਦਾ ਕਿਰਦਾਰ ਹੋਏਗਾ, ਲੇਕਿਨ ਹੁਣ ਲੱਗਦਾ ਕਿ ਇੱਕ ਦਬੰਗ ਕਿਰਦਾਰ ਵੀ ਪ੍ਰਿੰਸ ਕਰ ਸਕਦਾ। ਇਹ ਅਸਲ 'ਚ ਮੈਂ ਇਹ ਪੇਤੀ ਪੈ ਗਈ ਸੀਗੀ ਵੀ ਜੇ ਕਿਸੇ ਨੇ ਕਰਨਾ ਵੀ ਕਮੇਡੀ ਜਾਂ ਉਹ, ਮਨ ਨਹੀਂ ਕਰਦਾ ਹੁੰਦਾ ਸੀ ਅੰਦਰੋਂ ਕਰਨ ਨੂੰ, ਕਿਉਂਕਿ ਐਂ ਹੁੰਦਾ ਮੈਂ ਤਾਂ ਦੱਸਦਾ ਵੀ ਨਹੀਂ ਹੁੰਦਾ ਸੀ ਕਿਸੇ, ਵੀ ਦੱਸਣੋਂ ਹੀ ਹਟ ਗਿਆ ਸੀ ਵੀ ਮੈਂ ਥੀਏਟਰ ਕਰਦਾ ਰਿਹਾ, ਹੈ ਨਾ। ਜੋ ਤੁਹਾਨੂੰ ਲੱਗਦਾ ਯਾਰ ਵੀ ਉਹ ਤਾਂ ਗੱਲ ਹੈ ਨਹੀਂ, ਤੁਸੀਂ ਚੁੱਲ੍ਹੇ ਚੌਂਕੇ ਦੇ ਚੱਕਰ 'ਚ ਫਿਰ ਲੱਗੇ ਹੋਏ ਕੰਮ ਕਰੀ ਜਾਂਦੇ ਹਾਂ, ਹੈ ਨਾ। ਅਤੇ ਉਹ ਤਾਂ ਫਿਰ ਘਰੋਂ ਵੀ ਠੀਕ ਸੀਗੇ, ਮੁੱਦਾ ਹੈ ਨਹੀਂ ਸੀ, ਮੇਰੇ ਰੈਡੀਮੇਡ ਦੇ ਸ਼ੋਰੂਮ ਹੈ ਉਹ ਆ, ਹੈ ਨਾ, ਅਤੇ ਫਿਰ ਤਾਂ ਮੈਂ ਉੱਥੇ ਕਰੀ ਜਾਵਾਂ ਪੈਸੇ ਤੱਕ ਮਜ਼ੇ ਨਾਲ। ਜਿਹੜੀ ਸੰਤੁਸ਼ਟੀ ਅੰਦਰੋਂ ਜਿਹੜੀ ਗਿੱਪੀ ਬਾਈ ਜੀ ਨੇ ਕਰਵਾਈ ਆ, ਹੁਣ ਆਉਂਦਾ ਵੀ ਹਾਂ ਯਾਰ ਠੀਕ ਹੈ। ਨਹੀਂ, ਕਿਸੇ ਨੇ ਸੋਚਿਆ ਨਹੀਂ ਸੀ ਮੈਨੂੰ ਵੀ ਇੱਦਾਂ। ਜੱਟ ਬੋਇਜ਼ ਦੇ ਵਿੱਚ ਮੈਂ ਆਇਆ ਸੀਗਾ, ਮੈਂ ਉਹ ਲਿਖੀ ਵੀ ਸੀਗੀ, ਜੌਲੀ ਦਾ ਕਰੈਕਟਰ ਸੀਗਾ ਉਹਦੇ 'ਚ, ਮਜ਼ਾ ਲਿਆ ਸੀ ਮੈਂ, ਪਰ ਵੀ ਇਸ ਕਿਸਮ ਦਾ ਉਹ ਨਹੀਂ ਸੀ। ਹਾਂ, ਕਿਸੇ ਦਾ ਸੋਚ ਨਹੀਂ ਸੀਗੀ ਕਿ ਇਸ ਕਿਸਮ ਦਾ ਕਿਰਦਾਰ ਵੀ ਤੁਸੀਂ ਕਦੀ ਕਰੋਗੇ। ਇਹ ਤਾਂ ਜਦੋਂ ਗਿੱਪੀ ਭਾਅ ਜੀ ਨੇ ਤੁਹਾਨੂੰ ਕਿਹਾ ਕਿ ਆਪਾਂ ਹੁਣ ਵਾਰਨਿੰਗ ਵੈਬ ਸੀਰੀਜ਼ ਲਿਆਉਣੀ ਹੈ, ਰਾਈਟਰ ਉਹਨੇ, ਹੈ ਨਾ, ਫਿਲਮ ਦੇ ਡਾਇਲੋਗਸ ਤੁਸੀਂ ਦੇਖ ਰਹੇ ਹੋ, ਅਤੇ ਕੀ ਸੀਗੀ ਬੈਠ ਕੇ ਕੀ ਡਿਸਕਸ਼ਨ ਸੀਗੀ ਕਿ ਪ੍ਰਿੰਸ ਤੈਨੂੰ ਮੈਂ ਇੱਦਾਂ ਲਿਆਉਣਾ, ਤੁਸੀਂ ਕਹਿੰਦੇ ਸੀ ਨਹੀਂ ਬਾਈ ਇੱਦਾਂ ਕਰਨਾ? ਨਹੀਂ, ਅਸਲ 'ਚ ਮੇਰਾ ਮੈਂ
ਸੀਰੀਜ਼ ਦੇ ਚੱਲਦੇ ਚੱਲਦੇ ਮੈਂ ਮਨੀਟਰ ਨਹੀਂ ਕਦੇ ਵੀ ਦੇਖਿਆ, ਮੈਂ ਨਹੀਂ ਦੇਖਿਆ, ਕਿਉਂਕਿ ਐਡਾ ਵੱਡਾ ਬੰਦਾ ਜਿਹਨੇ ਥੱਲੋਂ ਜ਼ਮੀਨ ਤੋਂ ਉੱਠ ਕੇ ਜਾ ਕੇ ਅੱਜ ਪੰਜਾਬ ਦੇ ਵਿੱਚ ਸਾਰਾ ਕੰਮ ਇੰਨਾ ਕੀਤਾ, ਫਿਲਮਾਂ ਲਿਖੀਆਂ, ਡਾਇਰੈਕਟ ਕੀਤੀਆਂ, ਡੀ ਪੀ ਬਾਈ ਜੀ, ਜਦੋਂ ਉਹ ਤੁਹਾਡੇ 'ਤੇ ਵਿਸ਼ਵਾਸ ਕਰਦਾ ਵੀ ਤੂੰ ਕਰੇਗਾ ਹੀ ਕਰੇਗਾ, ਤਾਂ ਫਿਰ ਮੈਂ ਮਨੀਟਰ ਦੇਖ ਕੇ ਜਾਂ ਉਹ ਕਰਕੇ ਮੈਂ ਸਲਾਹ ਦੇ ਕੇ ਮੈਂ ਕੀ ਕਰ ਲੂੰਗਾ, ਹੈ ਨਾ? ਅਤੇ ਮੈਨੂੰ ਇਹ ਹੁੰਦਾ ਵੀ ਡਾਇਰੈਕਟਰ ਦਾ ਫਿਰ ਕੰਮ ਕੀ ਹੈ, ਕੈਮਰਾਮੈਨ ਦਾ ਕੀ ਹੈ? ਮੈਂ ਵੈਸੇ ਵੀ ਕਿਤੇ ਸ਼ੂਟ ਚੱਲਦਾ ਹੋਵੇ ਤਾਂ ਮੈਂ ਕਦੇ ਨਹੀਂ ਐਂ ਕੀਤਾ ਵੀ ਯਾਰ ਕੈਮਰਾ ਇੱਧਰ ਜਾਏ, ਮੈਂ ਅੱਗੇ ਹੋ ਜਾਏ, ਮੈਂ ਖੜ੍ਹਾ ਹੁੰਦਾ ਵੀ ਜੇ ਕੈਮਰਾਮੈਨ ਨੂੰ ਜਾਂ ਡਾਇਰੈਕਟਰ ਨੂੰ ਮੋਨੀਟਰ ਤੋਂ ਲੱਗਿਆ ਵੀ ਇਹ ਸੀਨ 'ਚ ਪ੍ਰਿੰਸਾ ਇੰਪੋਰਟੈਂਟ ਹੈ, ਇਹ ਕਰੈਕਟਰ, ਤਾਂ ਫਿਰ ਉਹ ਮੈਨੂੰ ਕਹਿ ਦੂਗਾ ਵੀ ਪ੍ਰਿੰਸ ਜੀ ਰਾਈਟ ਹੋਈਏ, ਤੁਹਾਡਾ ਲੈਫਟ ਹੋਈਏ, ਉਹ ਹੈ ਨਾ? ਅਤੇ ਮੈਂ ਨਹੀਂ ਐਂ ਨਹੀਂ ਕਰਦਾ ਹੁੰਦਾ, ਅਤੇ ਮੈਂ ਮੋਨੀਟਰ ਹੀ ਨਹੀਂ ਦੇਖਿਆ, ਵਾਰਨਿੰਗ ਦੇ ਮੋਨੀਟਰ ਨਹੀਂ ਦੇਖਦਾ। ਔਰ ਮੈਨੂੰ ਉਦੋਂ ਬਾਅਦ ਆਦਤ ਬੜੀ ਵਧੀਆ ਪੈ ਗਈ, ਹੁਣ ਮੈਂ ਇਹਨੂੰ ਬਲੈਕ ਕਰਦੇ ਪਏ ਹਾਂ, ਪੋਸਟ ਹੀ ਕਰਦੇ ਪਏ ਹਾਂ, ਮੈਂ ਨਹੀਂ ਮੋਨੀਟਰ ਹੀ ਨਹੀਂ ਦੇਖਦਾ। ਤਾਂ ਨਹੀਂ ਦੇਖਿਆ, ਤੁਸੀਂ ਬੜੇ ਵਧੀਆ ਕਿਰਦਾਰ 'ਚ ਆਏ ਹੋ ਔਰ ਬੜਾ ਵਧੀਆ ਕਰ ਰਹੇ ਹੋ, ਕਿ ਨੈਚੁਰਲ ਜਿਹਾ ਲੱਗਦਾ, ਇਹ ਨਹੀਂ ਲੱਗਦਾ ਕਿ ਐਕਟਿੰਗ ਹੈਗੀ, ਨੈਚੁਰਲ ਲੱਗਦਾ। ਅਤੇ ਵੇਲੇ ਜਿਹੜਾ ਬਹੁਤ ਐਸੇ ਸੀਨ ਨੇ ਜਿਹੜੇ ਹੁੰਦੇ ਹੋਣਗੇ ਕਿ ਸ਼ੂਟ ਦੇ ਦੌਰਾਨ ਤੁਸੀਂ ਜੋ ਪਲਾਨ ਕੀਤਾ ਉਹ ਐਕਸ਼ਨ ਕਰਨ ਜਦੋਂ ਗਏ ਹੋ ਉਹ ਹੋਇਆ ਨਹੀਂ, ਲੇਕਿਨ ਜੋ ਤੁਸੀਂ ਕਰਤਾ ਉਹੀ ਕਈ ਵਾਰੀ ਡਾਇਰੈਕਟਰ ਕਹਿ ਦਿੰਦੇ ਨਹੀਂ ਯਾਰ ਇਹ ਪਰਫੈਕਟ ਹੈ, ਜੋ ਮੈਂ ਸੋਚਿਆ ਸੀ ਉਹ ਰਹਿੰਦੋ ਇਹੀ। ਨਹੀਂ ਆਏ ਨਹੀਂ, ਅਸਲ 'ਚ ਇਹਦੇ 'ਤੇ ਅਸੀਂ ਕੰਮ ਬਹੁਤ ਕਰਦੇ, ਜਿਵੇਂ ਹੁਣੇ ਜਿਹੜੇ ਅਗਲੇ ਐਪੀਸੋਡ ਆ, ਮੈਂ ਚਾਹੇ ਉਹਨਾਂ 'ਚ ਹੈਗਾ ਚਾਹੇ ਨਹੀਂ ਹੈਗਾ, ਸ਼ਿੰਦਾ ਆ ਰਿਹਾ ਤਾਂ ਸ਼ਿੰਦੇ ਦੇ ਵਾਸਤੇ ਡਾਇਲੋਗ, ਬਾਈ ਮੈਨੂੰ ਕਹਿੰਦੇ ਆ ਹੁਣ ਸ਼ਿੰਦੇ ਦੀ ਇੰਟਰੋ ਦਾ ਡਾਇਲੋਗ ਆ ਉਹਦਾ, ਕਹਿੰਦਾ ਵੀ ਨਾ ਜਾਤ ਨਾ ਪਾਤ ਨਾ ਕਾ, ਨਾ ਜਾਤ ਨਾ ਪਾਤ ਨਾ ਧਰਮ ਨਾ ਕਾਤ, ਬਰੂਦ ਦੀ ਇੱਕੋ ਕੰਮ ਹੈ ਬੰਦੇ ਮਾਰਨਾ, ਉਹੀ ਕੰਮ ਹੈ ਸ਼ਿੰਦੇ ਦਾ। ਤੈਨੂੰ ਕਹਿ ਪੰਮੇ ਤੋਂ ਤਾਂ 80 ਗੁਣਾ ਜ਼ਿਆਦਾ ਹੈ। ਹਾਂ, ਕਿੱਟਾ ਜਦੋਂ ਚਲਾਇਆ ਸੀ ਉਹ 'ਚ ਉਹਦਾ ਐਕਸਪੀਰੀਅੰਸ ਕੀ ਰਿਹਾ ਸੀ, ਕਿਉਂਕਿ ਉਹ ਚੱਲਿਆ ਤਾਂ ਪਹਿਲਾਂ ਹੈ ਨਹੀਂ ਉਹਦਾ ਬੜਾ ਰਿਹਾ। ਮੈਨੂੰ ਕਹਿੰਦੇ ਵੀ ਜੱਸੀ ਭਾਅ ਜੀ ਕਰ ਰਹੇ ਐਂ ਕਰਕੇ, ਮੈਂ ਕਿਹਾ ਵੈਰੀ ਗੁੱਡ, ਵੀ ਥੀਏਟਰ ਵਾਲੇ ਬੰਦੇ ਚੰਗਾ ਲੱਗਦਾ ਨਾ ਵੀ ਉਹ ਕਰਨਗੇ ਮਜ਼ਾ ਆਊਗਾ। ਹੁਣ ਥੀਏਟਰ ਵਾਲਿਆਂ ਦਾ ਜੱਬ ਕੀ ਹੁੰਦਾ, ਉਹ ਨੈਚੁਰਲ ਕਰਨ ਦੇ ਚੱਕਰ 'ਚ ਬਣੇ ਹੁੰਦੇ। ਉਹ 'ਚ ਤੁਸੀਂ ਧਿਆਨ ਨਾਲ ਦੇਖੋ ਮੇਰੇ ਦੋ ਕੰਨ 'ਤੇ ਜਿਹੜੇ ਲੱਫੜ ਪਏ ਆ, ਪਾਥੀ ਵਰਗਾ ਹੱਥ ਉਹਨਾਂ ਦਾ, ਉਹ ਮਾਰਾ ਮੇਰੇ, ਮੈਨੂੰ ਕਿੰਨਾ ਮੈਂ ਹਿਸਾਬ 'ਚ ਨਹੀਂ ਆਇਆ। ਫਿਰ ਉਹ ਜਿਹੜਾ ਡਿੱਗਿਆ ਮੈਂ ਉੱਥੋਂ ਫੜ ਕੇ ਘੁਮਾਇਆ, ਉਹ ਤਿਲਕਿਆ, ਉਹ ਡਿੱਗਿਆ, ਅੱਛਾ ਡਿੱਗ ਤਾਂ ਪਿਆ, ਤਾੜੀਆਂ ਵੱਜੀਆਂ, ਵੈਰੀ ਗੁੱਡ, ਬਹੁਤ ਵਧੀਆ। ਉਹ ਦੁਬਾਰਾ 3 ਵਾਰੀ ਫਿਰ ਡਿੱਗੋ ਜੀ, ਪੰਗਾ ਤਾਂ ਮੈਂ ਲੈ ਲਿਆ। ਉਹ ਮੁੜ ਕੇ ਮੈਂ ਜਦੋਂ ਡਿੱਗਦਾ ਸੀ ਵੀ ਉਹ ਨਕਲੀ ਵੀ ਨਾ ਲੱਗੇ, ਡਰ ਵੀ ਲੱਗਦਾ ਸੀ ਯਾਰ ਸੱਟ ਨਾ ਲੱਗ ਜੇ, ਹੈ ਨਾ, ਉਹ ਸਾਰਾ ਕੁਛ, ਉਹ ਪੱਖਾ, ਉਹ ਅਤੇ ਉਹਦੇ 'ਚ ਤਾਂ ਔਖਾ ਹੋਇਆ ਕੰਮ। ਪੂਰੀ ਓਰੀਜਨਲ ਖਾਧੀ, ਪਹਿਲਾ ਸੀਨ ਵੀ ਪਹਿਲਾ ਸੀ ਉਹ ਸ਼ੂਟ ਦੇ ਫਸਟ ਡੇ ਵੀ, ਉਹਦਾ ਉਹ ਸੀਨ ਵੀ ਪਹਿਲਾਂ ਸੀਗਾ। ਉੱਥੇ ਤਾਂ ਬਹੁਤ ਨਜ਼ਾਰੇ ਲਏ ਵਾਰਨਿੰਗ 'ਤੇ। ਮੈਂ ਫੋਟੋ, ਮੇਰੇ ਵਾਲਾ ਫੋਨ ਗਵਾਚ ਗੂਚ ਗਿਆ, ਉਹਦੇ 'ਚ ਫੋਟੋ ਸੀ, ਪਰ ਜੇ ਮਿਲ ਗਈਆਂ ਤਾਂ ਮੈਂ ਸ਼ੇਅਰ ਲਾਜ਼ਮੀ ਕਰੂੰਗਾ। ਉਹ ਵੈਨਿਟੀ ਸਾਰਾ ਕੁਛ ਸਾਡੇ ਕੋਲ ਸੀ, ਮੇਰੇ ਉਹੀ ਫਸ ਗਈ ਗੱਲ ਵੀ ਅੰਦਰ ਉੱਥੇ ਹੁੰਦਾ ਨਾ ਜਨਰੇਟਰ ਲੱਗ ਰਿਹਾ, ਉਹ ਕਰ ਰਿਹਾ ਕਰਾਂ, ਮੈਂ ਕਹਿਰ ਵੀ ਨਹੀਂ ਇਹ ਵੈਨਿਟੀ 'ਚ ਨਹੀਂ ਕਰਨੀ, ਹੈ ਨਾ। ਅਤੇ ਵੀ ਮੈਂ ਤਾਂ ਬਾਹਰ ਬਹਿ ਕੇ, ਮੈਂ ਟਰੰਕ ਜੇ 'ਤੇ ਬਹਿ ਗਿਆ ਬਾਹਰ, ਉੱਥੇ ਮੈਂ ਹੇਅਰ ਹੂਰ ਕੱਟ ਕਰਾਇਆ, ਮੇਕਅਪ ਵੀ ਉੱਥੇ ਕਰਾਇਆ। ਫਿਰ ਮੈਂ ਕਿਹਾ ਇੱਧਰ ਨੂੰ ਕਰ ਮਾੜਾ ਜਿਹਾ, ਚਾਦਰ ਜੀ ਲੈ ਕੇ ਖੜੋ, ਉੱਥੇ ਹੀ ਮੈਂ ਆਪਦੇ ਕੱਪੜੇ ਚੇਂਜ ਕਰ ਲਏ ਵੀ ਇਹਨੂੰ ਉਵੇਂ ਕਰਕੇ ਜਾਦੇ ਵੀ ਬਹੁਤ ਸਵਾਦ ਲਿਆ, ਬੜਾ ਹੀ ਸਵਾਦ ਲਿਆ। ਜਿਹੜਾ ਦੇਸੀ ਕੱਟੇ ਦਾ ਨਾ ਤੁਹਾਡੇ, ਤੁਸੀਂ ਥੈਲੇ 'ਚੋਂ ਆਪਣੇ ਕੱਢਦੇ ਸੀਗੇ, ਪਹਿਲਾਂ ਤਾਂ ਕਿਸੇ ਨੂੰ ਸੋਚਿਆ ਸੀਗਾ ਜਿਹੜਾ ਬੰਦਾ ਥੈਲਾ ਚੱਕ ਕੇ ਫਿਰਦਾ ਉਹ 'ਚ ਦੇਸੀ ਕੱਟਾ ਹੋਏਗਾ, ਅਤੇ ਉਹ ਨਿਕਲਦਾ ਹੀ ਨਹੀਂ ਹੁੰਦਾ ਸੀ ਤੁਹਾਡੇ ਕੋਲ। ਹਾਂ, ਉਹ ਫਿਰ ਗੱਲ ਉਹਦਾ ਉਹਦੀ ਨਾ ਸਟਾਰਟ ਜਦੋਂ ਹੁੰਦੀ ਵੈਬ ਸੀਰੀਜ਼, ਉਹਦੇ 'ਚ ਇੱਕ ਡਾਇਲੋਗ ਆ, ਕਹਿੰਦਾ ਬਾਗੀ ਬੰਦੂਕ ਗੁਲਾਮ ਹੱਥ, ਸਮਾਂ ਤਾਂ ਲੱਗੂਗਾ ਦੋਸਤੀ ਹੋਣ ਵਿੱਚ, ਇਹ ਉਹ ਗੱਲ ਹੈ। ਅੱਗੇ ਪਿੱਛੇ ਭਾਵੇਂ ਉਹ ਚੱਲੀ ਨਹੀਂ, ਪਰ ਅੱਗੇ ਨੂੰ ਮਾਰਨ ਵੇਲੇ ਚੱਲ ਗਈ। ਉਹ ਤਾਂਹੀਓ ਜਾ ਕੇ ਕਹਿੰਦਾ, ਕਹਿੰਦਾ ਵੀ ਉਹ ਨਹੀਂ ਇੱਕ ਉਹ ਹੈਗਾ, ਕਹਿੰਦਾ ਚੱਲ ਪੀ ਉੱਥੇ ਵੀ ਤੂੰ ਚੱਲ, ਉਹ ਜਦੋਂ ਉੱਥੇ ਚੱਲਣਾ ਕਹਿੰਦਾ ਤੂੰ ਇੱਥੇ ਚੱਲ ਪਿਆ, ਜਿੱਥੇ ਚੱਲਣਾ ਸੀ ਉੱਥੇ ਚੱਲਿਆ ਨਾ, ਹੈ ਨਾ। ਪ੍ਰਿੰਸ ਜੀ ਤੁਹਾਡਾ 2020 ਤਾਂ ਬਹੁਤ ਸੋਹਣਾ ਚੱਲ ਰਿਹਾ, ਵਾਰਨਿੰਗ ਆ ਗਈ, ਪੋਸਟਿੰਗ ਆਉਣ ਵਾਲੀ, ਇੱਕ ਸੰਧੂ ਹੁੰਦਾ ਸੀ ਇਹ 'ਚ ਵੀ, ਤੁਸੀਂ ਸਾਨੂੰ ਨਜ਼ਰ ਆਓਗੇ ਕਿ ਨਹੀਂ ਆਓ? ਨਹੀਂ, ਉਹਦੇ 'ਚ ਮੈਂ ਡਾਇਲੋਗ ਲਿਖੇ, ਇਹ ਇੱਕ ਸੰਧੂ ਹੁੰਦਾ ਦੀ ਪਦਾਇਸ਼ ਹੈ ਵਾਰਨਿੰਗ। ਮੈਂ 24 ਘੰਟੇ ਬਾਈ ਦੇ ਕੋਲ ਰਹਿੰਦਾ ਸੀ, ਪਹਿਲਾਂ ਵੀ ਮੈਂ ਕੰਮ ਬਹੁਤ ਕੀਤਾ, ਮੈਂ ਆਫਿਸ ਜਾਂਦਾ ਕਰਦਾ ਸੀ, ਪਰ ਜਿਹੜਾ ਮੈਂ ਇੱਕ ਸੰਧੂ ਹੁੰਦਾ ਦੇ ਟਾਈਮ ਡਾਇਲੋਗ ਲੈਂਦਾ 24 ਘੰਟੇ ਵੈਨਿਟੀ 'ਚ ਵੀ, ਘਰੇ ਵੀ, ਇੱਧਰ ਵੀ, ਆਹ ਬਾਈ ਦੇਖੋ ਰਾਤ ਨੂੰ ਵੀ, ਬਾਈ ਆਹ ਲਿਖਿਆ ਜੀ, ਆਹ ਕੀਤਾ ਜੀ, ਆਹ ਕੀਤਾ ਜੀ,
ਉਹ ਜਿਹੜਾ ਚੱਲਿਆ ਸਿਸਟਮ ਉਹਦੇ ਵਿੱਚ, ਔਰ 2 ਮਹੀਨੇ 3 ਮਹੀਨੇ ਪਹਿਲਾਂ ਪ੍ਰੀ ਸ਼ੁਰੂ ਹੋ ਗਈ ਸੀ, ਉਹ ਜਿਹੜੇ 4 ਮਹੀਨੇ ਬਹੁਤ ਕਲੋਜ਼ ਮੈਂ ਬਾਈ ਦੇ ਨੇੜੇ ਫਿਰਦਾ ਰਿਹਾ, ਉਹਦੇ 'ਚੋਂ ਫਿਰ ਜਿਹੜਾ ਉਹ ਮੰਥਨ ਹੁੰਦਾ ਰਿਹਾ ਉਹਦੇ 'ਚੋਂ ਪੁੰਘ ਰਿਹਾ। ਬਹੁਤ ਸਾਰੀਆਂ ਫਿਲਮਾਂ 2020 'ਚ ਤੁਸੀਂ ਲੈ ਕੇ ਆ ਰਹੇ ਹੋ ਸਾਡੇ ਸਾਰਿਆਂ ਲਈ, ਮੈਨ ਇਨ ਬਲੈਕ ਵੀ ਇਰਾਦਾ ਕਿ 2020 'ਚ ਆ ਹੀ ਜਾਊਗੀ, ਅਤੇ ਉਮੀਦ ਕਰਦੇ ਹਾਂ ਸਾਲ ਜਿਵੇਂ ਫਿਲਮਾਂ ਦੇ ਨਾਲ ਵੈਬ ਸੀਰੀਜ਼ ਦੇ ਨਾਲ ਤੁਹਾਨੂੰ ਸਾਰਿਆਂ ਵੱਲੋਂ ਪਿਆਰ ਮਿਲ ਰਿਹਾ, ਔਰ ਸੈਕਿੰਡ ਐਪੀਸੋਡ ਦੇ ਵਿੱਚ ਵੀ ਤੁਸੀਂ ਪੰਮਾ ਸਾਨੂੰ ਨਜ਼ਰ ਆਏ ਅਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਸਾਰੀ ਆਡੀਅੰਸ ਦਿੰਦੀ। ਦੇਖੋ ਇਸ ਗੱਲ 'ਚ ਨਹੀਂ ਮੈਂ ਹਜੇ ਹੈਗਾ, ਕਿਉਂਕਿ ਦੇਖੋ ਤੁਹਾਨੂੰ ਜਦੋਂ ਦੂਸਰੇ ਬੰਦੇ 'ਚ ਵੀ ਸਵਾਦ ਆਉਣ ਲੱਗ ਜਾਂਦਾ ਨਾ, ਉਹ ਜ਼ਿਆਦਾ ਮਜ਼ਾ। ਮੈਨੂੰ ਸੱਚਿਓ ਹੀ ਮੈਂ ਗੱਲ ਕਹਿੰਦਾ ਵੀ ਛਿੰਦੇ ਦੇ ਕਰੈਕਟਰ 'ਚ ਮੈਨੂੰ ਬਹੁਤ ਮਜ਼ਾ ਆ ਰਿਹਾ, ਡਾਇਲੋਗ ਲਿਖਦੇ ਹੋਏ ਬਹਿੰਦੇ ਕਰਦੇ ਉਹ, ਹੈ ਨਾ, ਉਹ ਮਜ਼ਾ ਆਉਂਦਾ ਕਿਆ। ਅਤੇ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦੇਖੋ, ਤੁਸੀਂ ਹੋਰ ਬੰਦੇ ਨੂੰ ਵੀ ਦੇਖੋ, ਇਹ ਜ਼ਰੂਰੀ ਥੋੜ੍ਹੀ। ਗਾਂਵ ਸਰਪੰਚ ਸਾਹਿਬ ਆ, ਮੰਤਰੀ ਆ, ਬਾਈ ਜੀ ਆ, ਬਹੁਤ ਕਰੈਕਟਰ, ਚੌਧਰੀ ਆਊਗਾ, ਰਾਣਾ ਜੰਗ ਬਹਾਦਰ ਜੀ ਨੇ ਚੌਧਰੀ ਦਾ ਕੀਤਾ, ਸੁੱਖੀ ਭਾਅ ਜੀ ਨੇਰੀ ਲਿਆ ਗਏ ਇੱਕ ਛਿੰਦੇ ਦੇ ਚਾਚੇ ਦਾ ਕਰੈਕਟਰ ਕਰਕੇ ਗਏ ਆ, ਹੈ ਨਾ, ਉਹਨਾਂ ਦਾ ਸੀਨ ਇੱਕ ਹੀ ਹੈ, ਪਰ ਤੁਸੀਂ ਕਹੋਗੇ ਵੀ ਯਾਰ ਕਿਆ ਬਾਤ ਔਨ ਸਕਰੀਨ ਹੀ ਨਜ਼ਰ ਆਣਾ, ਲੇਕਿਨ ਆਪਾਂ ਡਾਇਲੋਗਸ ਤੇ ਪੂਰੇ ਲਿਖਣੇ ਆ ਪੂਰੀ ਵੈਬ ਸੀਰੀਜ਼ ਉਹਦੇ ਨਾਲ ਆ। ਹਾਂ ਨਾਲ ਤਾਂ ਪੂਰੇ ਹੀ ਹੈਗੇ, ਔਰ ਕੰਗ੍ਰੈਚੁਲੇਸ਼ਨਸ ਫॉर द ਦਰਸ਼ਕਾਂ ਦਾ ਜਾਂ ਤੁਹਾਡੇ ਵਰਗਿਆਂ ਦਾ, ਜੇ ਜਿਹੜਾ ਚੱਲ ਰਹੀ ਲਹਿਰ ਪੰਮਾ ਜਿਉਂਦਾ ਕਰੋ, ਫਿਰ ਹੋ ਸਕਦਾ ਲੋਕਾਂ ਦੀ ਡਿਮਾਂਡ ਅਸੀਂ ਪੂਰੀ ਕਰਨੀ ਹੈ, ਹੈ ਨਾ, ਵੀ ਆਪ ਉਹਦੇ ਲਈ ਕੰਮ ਕਰ ਰਹੇ ਹਾਂ। ਕੰਗ੍ਰੈਚੁਲੇਸ਼ਨ ਬਣ ਸਕੇ, ਥੈਂਕ ਯੂ ਸੋ ਮਚ ਫੋਰ ਟਾਕਿੰਗ ਟੂ ਅਸ। ਜਿਹਨਾਂ ਨੇ ਵਾਰਨਿੰਗ ਨਹੀਂ ਦੇਖੀ ਹੈ ਦੇਖ ਲਓ, ਅਤੇ ਹੁਣ ਮੈਨੂੰ ਦਿਓ ਵਿਦਾ, ਤੁਸੀਂ ਮਾਰੋ ਦੇਸੀ ਜਾਣ ਦੇ ਨਾਲ, ਸਤਿ ਸ਼੍ਰੀ ਅਕਾਲ।